ਟਰੈਕਟਰ ਦੇ ਪਹਿਲੇ ਟਾਇਰ ਪੰਜਾਬ ਚ ਆਪਣੇ ਪਏ ਸੀਗੇ। ਅੱਛਾ, ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ? ਹਾਂ, ਇੱਕ ਪਏ ਸੀ 60 ਗਿਆ ਤੋਂ ਬਾਹਰ ਚਲਾ ਗਿਆ ਟਰੈਕਟਰ ਨਾਲ ਦੀ ਨਾਲ ਹੀ। ਅੱਛਾ, ਹਾਂਜੀ, ਉਸ ਤੋਂ ਬਾਅਦ ਦੂਜੇ ਨੰਬਰ ਦੇ ਮਤਲਬ ਪੰਜਾਬ ਚ ਆਪਣੇ ਕੋਲੇ ਰੇਸ ਪਈ। ਮਤਲਬ ਖੇਤੀ ਦੇ ਨਾਲ ਨੌਜਵਾਨਾਂ ਨੂੰ ਜੋੜਨਾ ਇਹ ਵੀ ਇੱਕ ਤਰੀਕਾ ਹੀ ਮੰਨਣਾ ਮੈਂ, ਤਰੀਕਾ ਹੀ ਆ ਹਨਾ। ਵੱਡੇ ਬੂਫਰ ਕਈਆਂ ਨੂੰ ਤਾਂ ਚੁੱਭਦੇ ਨੇ, ਜਿੱਦਾਂ ਕਿਸੇ ਕੋਲ ਬੁਲਟ ਹੈ ਤਾਂ ਬੁਲਟ ਜਿੰਨਾ ਹੌਲੀ ਚੱਲੇ ਓਨਾ ਹੀ ਵਧੀਆ। ਪਰ ਆਹ ਵੇਖ ਕੇ ਤੇ ਨਾ ਕੀ ਆਉਂਦੇ ਨੇ, ਇਹਦੀ ਬਣਾ ਪਹਿਲਾਂ ਫੋਟੋ ਵੀਰ ਮਿਲ ਲੈ। ਸਤਿ ਸ਼੍ਰੀ ਅਕਾਲ। ਠੀਕ ਹੈ ਠੀਕ ਹੈ ਠੀਕ ਹੈ। ਚੱਲ, ਇਸ ਹੋਲੇ ਮਹੱਲੇ 'ਤੇ ਅਗਰ ਕੋਈ ਟਰੈਕਟਰ ਦਾ ਮੁਕਾਬਲਾ ਹੁੰਦਾ ਵੀ ਟਾਇਰਾਂ ਦਾ, ਤਾਂ ਫਿਰ ਤਾਂ ਇਹ ਨੰਬਰ 1 'ਤੇ ਆਉਣਾ ਸੀ। ਇਕੱਲੇ ਅਗਲਿਆਂ ਦੀ ਕੀਮਤ ਕਿੰਨੀ ਹੋਣੀ? ਇਹ ਉਹਦਾ ਆਪਾਂ ਬਾਹਰੋਂ ਇੰਪੋਰਟ ਕਰਾਏ ਸੀ ਬਾਈ। ਹੋਲੇ ਮਹੱਲੇ 'ਤੇ ਆਏ ਹਾਂ 2024 ਦਾ ਹੋਲਾ ਮਹੱਲਾ, ਅਤੇ ਇੰਨੇ ਕੁ ਟਰੈਕਟਰ ਟਰਾਲੀਆਂ ਵੇਖੇ ਨੇ ਅਸੀਂ। ਟਰਾਲੀਆਂ ਅੰਦਰੋਂ ਯਾਨੀ ਕਿ ਪੂਰੀਆਂ ਏ ਸੀ ਬਣਾਈਆਂ ਨੇ, ਅਤੇ ਟਰੈਕਟਰ ਵੀ ਬੜੇ ਚੌੜੇ ਟਾਇਰ। ਪਰ ਆਹ ਵੇਖ ਕੇ ਤੇ ਨਾ ਕੀ ਆਉਂਦੇ ਨੇ, ਇਹਦੀ ਬਣਾ ਪਹਿਲਾਂ ਫੋਟੋ ਵੀਰ ਮਿਲ ਲੈ। ਸਤਿ ਸ਼੍ਰੀ ਅਕਾਲ। ਠੀਕ ਹੈ ਠੀਕ ਹੈ ਠੀਕ ਹੈ। ਚੱਲ, ਆਹ ਟਰੈਕਟਰ ਹੈ ਨਾ, ਮਗਰ ਮੈਂ ਕਹਿੰਦਾ ਵੀ ਹੁਣ ਐਂਡ ਹੋ ਗਿਆ ਇਹਦੀ ਵੀ। ਸਤਿ ਸ਼੍ਰੀ ਅਕਾਲ ਲੈ ਲੈ ਯਾਰ, ਪਹਿਲਾਂ ਪ੍ਰੋਫੈਸਰ ਸਾਹਿਬ ਵਲੌਗ ਚੈਨਲ ਹੈ, ਸਬਸਕ੍ਰਾਈਬ ਕਰਨਾ, ਤੇਰੀ ਫੋਟੋ ਆਏਗੀ ਵਿੱਚ ਫਿਰ। ਅਤੇ ਜਿਹੜਾ ਇਹ ਵਾਲਾ ਟਰੈਕਟਰ ਹੈ ਨਾ, ਇਹ ਮੈਂ ਕਹਿੰਦਾ ਹੁਣ ਟਾਇਰਾਂ ਵਾਲੇ ਵੇਖੀਏ ਕੀ ਕਰੀਏ, ਮਤਲਬ ਐਂਡ ਹੋ ਗਿਆ। ਪਿੱਛੇ ਅਸੀਂ ਘੱਟੋ ਘੱਟ 100-150 ਟਰੈਕਟਰ ਵੇਖੇ ਆ, ਲੇਕਿਨ ਆਹ ਵੇਖੋ ਨੇੜੇ ਆ ਕੇ ਵਿਖਾਈ ਮਾੜਾ ਵੀਰ। ਨਾ ਮਗਰਿਆਂ ਨੇ ਇੱਕ ਟੈਗ ਵੀ ਦਿੱਤਾ ਟਰੈਕਟਰ ਨੂੰ ਧਰਤੀ ਤੱਕ, ਅਤੇ ਇੰਸਟਾਗ੍ਰਾਮ ਦਾ ਹੈਂਡਲ ਵੀ ਹੈਗਾ। ਵੀਰਾਂ ਨਾਲ ਮਾੜੀ ਗੱਲ ਕਰਕੇ ਵੇਖੀ ਆ ਜਾ, ਇਹ ਪਤਾ ਨਹੀਂ ਟਾਇਰ ਕਾਹਦੇ ਨੇ, ਕਿਵੇਂ ਪਾਏ ਨੇ। ਆ ਵਿਖਾਈ ਸਾਈਡ ਤੋਂ ਮਾੜਾ, ਇੱਧਰ ਆ ਪਿੱਛੇ ਚੱਲਿਆ ਮੈਂ ਵੀਰਾਂ ਕੋਲ। ਆ ਜਾ ਵੀਰ ਜੀ, ਸਤਿ ਸ਼੍ਰੀ ਅਕਾਲ। ਕਿਹੜੇ ਪਿੰਡੋਂ ਆਏ ਵੀਰ ਜੀ? ਪਿੰਡ ਸਾਡਾ ਹਾਕਮ ਸਿੰਘ ਵਾਲਾ। ਹਾਂਜੀ। ਜ਼ਿਲ੍ਹਾ ਸਾਡਾ ਬਠਿੰਡਾ ਜੀ। ਜ਼ਿਲ੍ਹਾ ਬਠਿੰਡਾ ਹਾਕਮ ਸਿੰਘ ਵਾਲਾ। ਹਾਂਜੀ। ਆਏ ਸਾਲ ਆਉਂਦੇ ਹੋ? ਹਾਂਜੀ, ਆਏ ਸਾਲ ਹੀ ਆਉਂਦੇ। ਅੱਛਾ, ਤੇ ਟਰੈਕਟਰ ਜਿਹੜਾ ਭਾਈ ਤੁਸੀਂ ਲਿਆਂਦਾ ਕੀ ਹਿਸਾਬ ਕਿਤਾਬ? ਟਾਇਰ ਤੇ ਹੀ ਮੋਡੀਫਿਕੇਸ਼ਨ ਵਾਲੀ ਵੈਸੇ ਹੀ ਹੁੰਦੇ ਆ। ਹਾਂ ਹੁਣ ਮੋਡੀਫਿਕੇਸ਼ਨ ਜ਼ਿਆਦਾ ਪੈਂਦੇ ਆ। ਅਗਲੇ ਟਾਇਰ 670 ਨੰਬਰ 30 ਵੱਜਦੇ ਆ। ਜਿਹੜੇ ਅਗਲੇ ਟਾਇਰ ਨੇ? ਅਗਲੇ 650 ਨੰਬਰ ਵੱਜਦੇ ਜੀ। ਅੱਛਾ, ਇਹ 670 30 ਨੰਬਰ ਵੱਜਦੇ ਮਗਰ 30 ਨੰਬਰ ਮੋਬਾਈਲ ਕੰਪਨੀ ਦੇ ਮਗਰ ਲਈ। ਉਂਝ ਮਤਲਬ ਕਿੰਨੂ ਪੈਂਦੇ ਹੋਣਗੇ ਟਾਇਰ, ਹੈ ਕੋਈ ਆਈਡੀਆ? ਨਹੀਂ, ਉਹ ਉਦਾਂ ਨਹੀਂ ਕਿਸੇ ਨੂੰ ਪੈਂਦੇ, ਕੋਈ ਵੱਡੀ ਮੋਡੀਫਿਕੇਸ਼ਨ ਕਰਕੇ ਹੀ ਪੈਂਦੇ ਜ਼ਿਆਦਾ। ਬੋਲੇ ਬੋਲੇ, ਮਤਲਬ ਬਾਹਲੇ ਹੀ ਜ਼ਿਆਦੇ ਨੇ, ਮਤਲਬ ਵੇਖੇ ਤੇ ਬੜੇ ਨੇ ਟਰੈਕਟਰ। ਇਹ ਫਿਰ ਇਹਦੇ ਨਾਲ ਖੇਤੀ ਤਾਂ ਨਹੀਂ ਮੇਰੇ ਹਿਸਾਬ ਨਾਲ ਕਰਦੇ ਹੋਣੇ? ਇਹਦੇ ਨਾਲ ਖੇਤੀ ਚੇਂਜ ਕਰ ਦਿੰਦੇ, ਚੇਂਜ ਕਰ ਦਿੰਦੇ ਟਾਇਰ ਦੇ, ਟਾਇਰ ਲਾ ਦਿੰਦੇ ਹਨਾ, ਤੇ ਨਾਲ ਆ ਵੀ ਲਵਾਇਆ ਨੇ ਉੱਤੇ। ਹਾਂਜੀ। ਆ ਮਗਰੋਂ ਇੰਸਟਾਗ੍ਰਾਮ ਦਾ ਹੈਂਡਲ ਵਿਖਾ ਦੇ ਵੀਰਾਂ ਦਾ, ਧਰਤੀ ਤੱਕ ਹੈ। ਹਾਂਜੀ ਹਾਂਜੀ, ਵਾਕਈ ਧਰਤੀ ਤੱਕ ਹੈ ਭਾਈ। ਇਹ ਕਿੰਨੇ ਕੁਦਾਉਣਾ ਸਿਸਟਮ ਜਿਹੜਾ ਉੱਤੇ ਲਵਾਇਆ ਤੁਸੀਂ? ਸਿਸਟਮ ਦੇ ਕੋਲ ਸਾਰਾ ਖਰਚ ਸਿਸਟਮ ਦਾ ਲਾ ਲਿਆ, ਆਪਾਂ 1 ਲੱਖ ਰੁਪਏ ਉੱਪਰ ਹੀ ਪੈ ਗਿਆ ਜੀ ਕੱਲਾ ਸਿਸਟਮ। ਕੱਲਾ ਉੱਪਰਲਾ ਉੱਪਰਲਾ ਹੈ। ਹਾਂਜੀ ਹਾਂਜੀ, 10-11 ਸਾਲ ਹੋ ਗਏ ਆਉਂਦਿਆਂ ਨੂੰ। ਆਉਂਦਿਆਂ ਨੂੰ, ਤੇ ਹੁਣ ਮਤਲਬ ਕਿੰਨੀ ਤਰੀਕ ਤੇ ਆਏ ਹੋ? ਅਸੀਂ ਆਏ ਹੋਏ ਆ 22 ਤਰੀਕ ਦੇ ਪਿੰਡੋਂ ਤੁਰੇ ਹੋਏ ਸੀਗੇ। 22 ਤਰੀਕ ਦੇ? ਹਾਂਜੀ, ਕੱਲ ਇੱਥੇ ਪਹੁੰਚੇ। ਕੱਲ ਇੱਥੇ 23 ਨੂੰ ਆਏ ਹੋ ਹੈ, ਤੇ ਜਾ ਹੁਣ ਵੇਖ ਕੇ ਜਾਣਾ 26 ਨੂੰ? ਹਾਂਜੀ, 27 ਨੂੰ ਵਾਪਸੀ ਕਰਾਂਗੇ। ਆ ਚੱਕਿਆਂ 'ਚ ਕੈਨੇਡਾ ਚੁੱਕੀ ਫਿਰਦੇ ਨੇ ਭਾਈ, ਮਤਲਬ ਇਦੋਂ ਵੱਡੇ ਟਾਇਰ। ਚਲੋ ਮੈਂ ਤਾਂ ਨਹੀਂ ਵੇਖੇ, ਪੂਰੇ ਅਨੰਦਪੁਰ ਸਾਹਿਬ 'ਚ ਨਹੀਂ ਵੇਖੇ। ਇਸ ਹੋਲੇ ਮਹੱਲੇ 'ਤੇ ਅਗਰ ਕੋਈ ਟਰੈਕਟਰ ਦਾ ਮੁਕਾਬਲਾ ਹੁੰਦਾ ਵੀ ਟਾਇਰਾਂ ਦਾ, ਤਾਂ ਫਿਰ ਤਾਂ ਇਹ ਨੰਬਰ 1 'ਤੇ ਆਉਣਾ ਸੀ। ਇਹ ਟਾਇਰ ਜੀ ਆਪਣੇ ਮਤਲਬ ਕਿ ਆਪਣੇ ਪਹਿਲੇ ਟਰੈਕਟਰ ਦੇ ਹੀ ਆ, ਉਦੋਂ ਬਾਅਦ 2-3 ਟਰੈਕਟਰਾਂ ਦੇ ਪਏ ਆ। ਹੁਣ ਪਹਿਲਾਂ ਕਿਹੜਾ ਸੀ ਟਰੈਕਟਰ ਆਪਣੇ ਕੋਲ? ਆਪਣੇ ਕੋਲ 855 ਸੀਗਾ। ਅੱਛਾ, ਉਹਨੂੰ ਪਾਏ ਸੀ? ਨਹੀਂ, ਉਹਨੂੰ ਨਹੀਂ ਪਾਏ ਸੀ, ਟਰੈਕਟਰ ਦੇ ਪਹਿਲੇ ਟਾਇਰ ਪੰਜਾਬ 'ਚ ਆਪਣੇ ਪਏ ਸੀਗੇ। ਅੱਛਾ, ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ? ਹਾਂ, ਇੱਕ ਪਏ ਸੀ 60 ਗਿਆ ਤੋਂ ਬਾਹਰ ਚਲਾ ਗਿਆ ਟਰੈਕਟਰ ਨਾਲ ਦੀ ਨਾਲ ਹੀ। ਅੱਛਾ ਹਾਂਜੀ, ਉਦੋਂ ਬਾਅਦ ਦੂਜੇ ਨੰਬਰ ਦੇ ਮਤਲਬ ਪੰਜਾਬ 'ਚ ਆਪਣੇ ਕੋਲੇ ਰੇਸ ਪਹਿਲਾਂ। ਇਹਨਾਂ ਦੀ ਕਾਪੀ ਆਈ ਆ। ਇਕੱਲੇ ਅਗਲਿਆਂ ਦੀ ਕੀਮਤ ਕਿੰਨੀ ਹੋਣੀ? ਇਹ ਉਹਦਾ ਆਪਾਂ ਬਾਹਰੋਂ ਇੰਪੋਰਟ ਕਰਾਏ ਸੀ, ਆਪਾਂ ਨੂੰ 1,05,000-7,000 ਰੁਪਏ 'ਚ ਪਏ ਸੀ। ਤਾਂ ਹੀ ਮੈਂ ਕਹਿ ਰਿਹਾ ਨਾ ਵੀ ਇੱਧਰ ਕੋਈ ਮਸ਼ੀਨਰੀ 'ਚ ਪਏ ਨਹੀਂ ਦੇਖੀ। ਬ੍ਰਦਰ ਆਪਣਾ ਕੈਨੇਡਾ 'ਚ? ਅੱਛਾ, ਦੋ ਬ੍ਰਦਰ ਆਪਣੇ ਕੈਨੇਡਾ 'ਚ? ਠੀਕ ਹੈ, ਉਹਨਾਂ ਤੋਂ ਕਰਾਏ ਸੀਗੇ ਉਦੋਂ, ਹੁਣ ਇੱਧਰ ਆਮ ਮਿਲ ਜਾਂਦੇ ਆ। ਹੁਣ ਮਿਲ ਜਾਂਦੇ ਆ, ਇਹ ਉਦੋਂ ਦੇ ਆ ਹਨਾ। ਹਾਂਜੀ, ਫਿਰ ਉਨੀ ਸਪੀਡ ਥੋੜੀ ਬਹੁਤ ਘੱਟ ਜਾਂਦੀ ਹੋਣੀ ਹੈ, ਹੌਲੀ ਹੌਲੀ ਆਉਣਾ ਹੁੰਦਾ। ਹਾਂਜੀ, ਹੌਲੀ ਆਉਣੇ ਨਾ, ਫਰਕ ਪੈ ਗਿਆ ਚੀਜ਼ ਦਾ, ਜ਼ਿਆਦਾ ਨਹੀਂ ਭਜਾਉਂਦੇ ਟਰੈਕਟਰ ਆਪਾਂ, ਨੋਰਮਲ ਹੀ ਆਉਣੇ ਸਪੀਡ। ਠੀਕ ਹੈ, 1,800-2,000 ਚੱਕਰ ਮਸਾਂ ਹੀ ਬਸ। ਤੇ ਤੁਸੀਂ ਸਾਰੇ ਮਤਲਬ ਨੌਜਵਾਨ ਇੱਕੋ ਪਿੰਡ ਦੇ ਹੋ ਕਿ ਆਲੇ? ਹਾਂਜੀ ਹਾਂਜੀ, ਨਹੀਂ ਦੋ ਤਿੰਨ ਪਿੰਡਾਂ ਦੇ ਮੁੰਡੇ ਹੁੰਦੇ ਆ, ਦੋ ਤਿੰਨ ਟਰੈਕਟਰਾਂ ਦੇ ਸਾਡੇ ਪਿੰਡ ਵੈਸੇ ਤਾਂ। ਅੱਛਾ, ਇੱਕ ਸਾਡਾ ਟਰੈਕਟਰ ਹੋਰ ਵੀ ਹੈਗਾ, ਉਹ ਅੱਗੇ ਚਲਾ ਗਿਆ। ਠੀਕ ਹੈ, ਇਹ ਅਸੀਂ ਇੱਥੇ ਖੜਾ ਲਿਆ ਫਿਰ।
ਤੇ ਖੇਤੀ ਆਪ ਕਰਦੇ ਹੋ ਮੁੰਡੇ ਤੁਸੀਂ ਸਾਰੇ? ਹਾਂਜੀ, ਖੇਤੀ ਸਾਰੇ ਆਪ ਕਰਦੇ। ਵਧੀਆ ਲੱਗਦਾ। ਹਾਂਜੀ ਹਾਂਜੀ। ਓਵਰਆਲ ਥੋੜ੍ਹਾ ਜਿਹਾ, ਚੱਲ ਮੈਂ ਆਪਣੇ ਵੀਡੀਓ ਤੋਂ ਬਾਹਰ ਦੀ ਗੱਲ ਕਰਾਂ ਨਾ, ਪੰਜਾਬ ਬਾਰੇ ਕਿਵੇਂ ਲੱਗਦਾ ਤੁਹਾਨੂੰ? ਠੀਕ ਠਾਕ ਹੈ ਕੰਮ? ਬਹੁਤ ਵਧੀਆ ਜੀ, ਇੱਥੇ ਵਧੀਆ ਪੰਜਾਬ। ਹਾਂ ਚਲੋ, ਬਾਹਰ ਵੀ ਜਾਣਾ ਚੰਗੀ ਗੱਲ ਹੈ ਨਾ, ਪਰ ਕੋਈ ਸਿੱਖ ਕੇ ਬੰਦਾ ਜਾਏ, ਸਕਿੱਲ ਲੈ ਕੇ ਜਾਵੇ। ਹਾਂਜੀ ਹਾਂਜੀ। ਮਤਲਬ ਖੇਤੀ ਦੇ ਨਾਲ ਨੌਜਵਾਨਾਂ ਨੂੰ ਜੋੜਨਾ, ਇਹ ਵੀ ਇੱਕ ਤਰੀਕਾ ਹੀ ਮੰਨਣਾ ਮੈਂ। ਤਰੀਕਾ ਹੀ ਆ ਹੈ ਨਾ, ਵੱਡੇ ਬੂਫਰ ਕਈਆਂ ਨੂੰ ਤਾਂ ਚੁੱਭਦੇ ਨੇ ਚੀਜ਼ਾਂ। ਕਈਆਂ ਨੂੰ ਚੁੱਭਦੇ, ਉਹ ਚੁੱਭਣ ਦੀ ਕਾਰਨ ਇਹ ਵੀ ਜੋ ਆਪਾਂ ਨੋਰਮਲ ਮਿਲੇ ਆ, ਜਾਂਦੇ ਆ ਪ੍ਰੋਗਰਾਮ ਤੇ ਕਿਤੇ, ਵੈਸੇ ਹੀ ਬੈਣਕਾਂ ਤੋਂ ਛੱਡ ਕੇ ਹੁੜਾ ਹੁੜਾ ਕਰਦੇ। ਇਹ ਹੈ, ਤੁਸੀਂ ਹੁਣ ਬੁਰੀ ਲੱਗਿਆ ਇੱਥੇ ਖੜਾ ਸਿਸਟਮ, ਮਤਲਬ ਸਜਾਇਆ ਵੀ ਹੈ ਲੇਕਿਨ ਉਹਦੇ ਵਿੱਚ ਸਾਦਗੀ ਵੀ ਹੈਗੀ। ਹਾਂਜੀ ਹਾਂਜੀ। ਆਰਾਮ ਨਾਲ ਚਲਾ ਰਿਹਾ, ਜਿੱਦਾਂ ਕਿਸੇ ਕੋਲ ਬੁਲਟ ਹੈ ਤਾਂ ਬੁਲਟ ਜਿੰਨਾ ਹੌਲੀ ਚੱਲੇ ਓਨਾ ਹੀ ਵਧੀਆ ਹੈ ਨਾ। ਚਲੋ, ਬਹੁਤ ਵਧੀਆ ਲੱਗਿਆ ਵੀਰ ਮੇਰੇ ਤੁਹਾਡੇ ਨਾਲ ਗੱਲ ਕਰਕੇ। ਪਰਮਾਤਮਾ ਤਰੱਕੀਆਂ ਬਖਸ਼ੇ। ਓਕੇ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਖਾਣਾ ਬਣਾਓ ਜੀ, ਬਣਾਓ।